जी तो वेलकम बैक असल लाइव टीवी ते वीरो उम्मीद करांगा तुसी होवोगे ठीक। एक व्लॉग नहीं छोटी जी वीडियो वे शोए साहब खेडन डे सन टाइम हो गया वे रात दा 1 बज गया ते सैरी हुण तकरीबन 4 बजे नाल मैं सैरी स्टार्ट होई जांदी है ठीक है। भाई मास गिर जाओगे जाके ना इधर आ जाओ इधर ये लो लाओ जी वीरो किदां दे रंग रहे ने रोजे तुहाडे की हिसाब किताब हो रहा वे दसो। टाइम वीर जी एक दा हो गया वे एक दा टाइम हो गया वे ते मां साहब जेरे ने सो नहीं रहे है ते हुण साडी जेरी कोशिश ए ही है कि हुण जेरे ने सैरी करके नमाज पढ़ के ते फिर जेरे ने सोया जाए। क्यों बेबी मास सोया जाए ਵੀਰ ਜੀ ਕਿੱਦਾਂ ਦੇ ਮੰਗ ਰਹੇ ਨੇ ਤੁਹਾਡੇ ਲੋਕ ਥੱਲੇ ਕਮੈਂਟ ਬਾਕਸ ਦੇ ਵਿੱਚ ਦੱਸੋ। ਅੱਜ ਹੋ ਗਿਆ ਵੇ ਅੱਲਾ ਕੀਤਾ ਖੈਰੋ ਖਰੀਏ ਦੇ ਨਾਲ 7ਵਾਂ ਰੋਜ਼ਾ ਕੰਪਲੀਟ 7 ਰੋਜ਼ੇ ਬਿਹਤਰੀਨ ਵੀਆਈਪੀ ਨੰਗੇ ਨੇ ਕਿਸੇ ਕਿਸਮ ਦੀ ਕੋਈ ਵੀ ਜਿਹੜਾ ਨਾ ਉਹ ਰੋਜ਼ੇ ਨੇ ਆਪਣੇ ਆਪ ਦੱਸਿਆ ਕੋਈ ਨਹੀਂ ਹੈ। ਜਿਹੜਾ ਕੱਲ ਦਾ ਰੋਜ਼ਾ ਲੰਘਿਆ ਸੀ ਨਾ 6ਵਾਂ ਰੋਜ਼ਾ ਉਹ ਰੋਜ਼ੇ ਨੇ ਥੋੜਾ ਜਿੰਨਾ ਤੁਸੀਂ ਕਹਿ ਸਕਦੇ ਹੋ ਕਿ ਫੀਲ ਕਰਵਾਇਆ ਸੀ ਕਿਉਂਕਿ ਰੋਜ਼ੇ ਖਲਵਾਏ ਸਨ ਘਰ ਘਰ ਜਾ ਕੇ ਸਾ ਸ਼ਾਂਪਰ ਦਿੱਤੇ ਆ ਦੋ ਦੇਗਾਂ ਪਕਾਈਆਂ ਸਨ ਉਹਦੇ ਕਰਕੇ ਹਰ ਇੱਕ ਕੰਮ ਆਪੀ ਕਰਦਿਆਂ ਨੂੰ ਵਾਵਾ ਜਿਹੜਾ ਨਾ ਉਹ ਥੱਕ ਥੁੱਕ ਗਿਆ ਜਿਹਦੇ ਕਰਕੇ ਰੋਜ਼ਾ ਵਾਵਾ ਲੱਗਿਆ। ਬਹਰਹਾਲ ਬਾਕੀ ਜਿੰਨੇ ਵੀ ਰੋਜ਼ੇ ਨੇ ਅਲਹਮਦੁਲਿਲਾ ਅਲਹਮਦੁਲਿਲਾ ਖੈਰੋ ਖਰੀਅਤ ਦੇ ਨਾਲ ਬਿਹਤਰੀਨ ਜਿਹੜੇ ਨਾ ਉਹ ਵੀ ਆਈ ਪੀ ਰੋਜ਼ੇ ਲੰਘੇ ਨੇ। ਨਮਾਜ਼ਾਂ ਸ਼ਮਾਜ਼ਾਂ ਵੀ ਪੜ੍ਹੀਦੀਆਂ ਨੇ ਤਰਾਵੀਆਂ ਨਹੀਂ ਪੜ੍ਹੀਆਂ ਜਾਂਦੀਆਂ ਇਹ ਬੰਦਾ ਪਿਆ ਆ ਕੇ ਬਾਕੀ ਐਂਡ ਦੀ ਐਂਡ ਵਾਵਾ ਵਧੀਆ ਰਮਜ਼ਾਨ ਲੰਘਣ ਡਿਆ ਵੇ। ਇੱਕ ਗੱਲ ਹੈ ਰੋਜ਼ਿਆਂ ਦੀ ਬਰਕਤ ਏ ਜਾਂ ਜੋ ਵੀ ਏ ਰੋਜ਼ਿਆਂ ਦੇ ਵਿੱਚ ਉਸਤਾਜੀ ਤੁੰਨ ਮੁੰਨ ਪੁੰਜਾ ਖਾਧਾ ਜਾਂਦਾ ਖਾਧਾ ਭਾਵੇਂ ਦੋ ਟਾਈਮ ਜਾਂਦਾ ਵੇ ਖਾਧਾ ਖੀਰ ਜਾਂਦਾ। ਇੱਕ ਤਾਂ ਸੈਰੀ ਵੇਲੇ ਕੋਈ 2 ਰੋਟੀਆਂ ਦਾ ਗੇੜਾ ਚਾਹੀਦਾ ਉਸ ਤੋਂ ਬਾਅਦ ਕੋਈ ਲੱਸੀ ਦਹੀਂ ਇੱਕ ਸਾਲਣੀ ਜਾਂ ਕੋਈ ਮਿੱਠੇ 'ਚ ਕੋਈ ਸ਼ੈ ਬਣੀ ਹੈ ਅਤੇ ਉਹ ਨਾ ਸੱਟੀ ਦੀ ਉਸ ਤੋਂ ਬਾਅਦ ਆਪਣਾ ਅਫਤਾਰੀ ਹੁੰਦੀ ਹੈ ਅਤੇ ਅਫਤਾਰੀ ਦੇ ਵਿੱਚ ਤਾਂ ਵੰਨ ਸਵੰਨੀਆਂ ਸ਼ੈਵਾਂ ਰੰਗ ਭਰੰਗੀਆਂ ਸ਼ੈਵਾਂ ਜਿਹੜੀਆਂ ਨੇ ਉਹ ਨੇ ਖਾਧੀਆਂ ਜਾਂਦੀਆਂ ਨੇ ਅਤੇ ਇਸ ਟਾਈਮ ਬੇਬੀ ਮਾਸ ਦੀਆਂ ਜਿਹੜੀਆਂ ਨੇ ਉਹ ਕੁਝ ਟੋਰਾਂ ਕਦੀ ਉਹਨੂੰ ਅਤੇ ਕਦੀ ਉਹਨੂੰ ਅਤੇ ਕਦੀ ਉਹਨੂੰ ਅਤੇ ਕਦੀ ਉਹਨੂੰ ਕੋਈ ਬੰਦਾ ਯਕੀਨ ਨਹੀਂ ਕਰ ਸਕਦਾ ਉਸਤਾਦ ਜੀ ਕਿ ਟਾਈਮ ਇਸ ਟਾਈਮ 1 ਦਾ ਹੋ ਗਿਆ ਰਾਤ ਦਾ 1 ਵਜਿਆ ਜਨਾਬ ਹਰੀ ਨਹੀਂ ਸੌਂ ਰਿਹਾ ਅਤੇ ਨਾ ਕੋਈ ਸੌਣ ਦੀ ਕੋਸ਼ਿਸ਼ ਕਰ ਰਹੇ ਅਤੇ ਨਾ ਸਾਨੂੰ ਕੋਈ ਖੇਚਲ ਦੇਣ ਡੇ ਨੇ ਕਿ ਤੁਸੀਂ ਥੋੜ੍ਹਾ ਜਿਹਾ ਨਾ ਕੋਈ ਸੌਂ ਸੌਂ ਜਾਓ। ਵੇਖੋ ਹੁਣ ਕੀ ਬਣਦਾ ਕੁੱਤੇ ਛੁੱਤੇ ਬਾਹਰ ਪੂਰਾ ਪਹਿਰਾ ਦੇਣ ਡੇ ਨੇ ਜੋਗੀ ਜੋਗੀ ਜਾਓ ਡੋਗੀ ਦੇਖ ਕੇ ਆਓ ਲਓ ਜੀ ਵੀਰੋ ਇਸ ਰਮਜ਼ਾਨ ਦੇ ਵਿੱਚ ਆਪਾਂ ਦੁਆ ਦੂ ਕਰੋ ਚੱਲ ਆਪਾਂ ਪਾਕਿਸਤਾਨ ਦੇ ਕੋਲ ਹਾਲਾਤ ਸਹੀ ਕਰ ਚੱਲੇ ਅਤੇ ਆਪਣਾ ਜਿੰਨੇ ਵੀ ਵੀਰ ਮਿੱਤਰ ਹੈ ਜਿਹਨਾਂ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਅੱਗੇ ਰਿਕੁਐਸਟ ਕਰਾਂਗਾ ਕਿ ਸਬਸਕ੍ਰਾਈਬ ਕਰੋ ਫੇਸਬੁੱਕ 'ਤੇ ਵੇਖਣ ਡਿਓ ਅਤੇ ਮਿੱਤਰੋ ਸ਼ੇਅਰ ਕਰੋ। ਮਿਲਦੇ ਹਾਂ ਮਿੱਤਰੋ ਤੁਹਾਨੂੰ ਨੈਕਸਟ ਵੀਡੀਓ 'ਚ ਨੈਕਸਟ ਵਲੌਗ 'ਚ ਰੱਬ ਰਾਖਾ।